یہ اسپیشل پروگرام نیاز پروڈکشن پرانی چنگی بکھر اور جھنگ صدر کی طرف سے پیش کیا جا رہا ہے، سماعت فرمائیے، شکریہ۔ کہ ہے قائم مثال زمانے تھے جی میں فرض حسین ادا کیتے ہیں، حسین عام شخصیت نہیں وارث کائنات ہے، کہ ہے قائم مثال زمانے تھے جی میں فرض حسین ادا کیتن، اے پاک کلام تے مسجد ممبر انہ سمجھ حسین ادا کیتن۔ ہے قائم مثال زمانے تھے جی میں فرض حسین ادا کیتن، اے پاک کلام تے مسجد ممبر انجے سمجھ حسین عطا کیتن۔ تے میتھو اے نہ پوچھ، میتھو اے نہ پوچھ انہاں وعدیاں دی جڑے نال حسین خدا کیتن، او خرچے گن اسلام اتے جڑے رل کے بہن برا کیتن۔ بڑی مہربانی، بڑی مہربانی، بڑی ذرا نوازی۔ اور میری مجال شبیر کی مداح لکھوں کہ میری مجال شبیر کی مداح لکھوں، لکھوں حسین یا بنیاد لا الہ لکھوں، لکھوں حسین یا بنیاد لا الہ لکھوں، اور بغیر دھڑ کے قرآن سر پڑھے جس کا، بغیر دھڑ کے قرآن سر پڑھے جس کا، آؤ مجھ کو بتاؤ کہ اس کو کیا لکھوں، آؤ مجھ کو بتاؤ کہ اس کو کیا لکھوں۔ اور کہا حبیب خدا نے یہ مجھ سے میں اس سے، کہا حبیب خدا نے یہ مجھ سے میں اس سے، اگر کہیں تو اسے آج مصطفیٰ لکھوں، اگر کہیں تو اسے آج مصطفیٰ لکھوں۔ اور مولا جس نے بنایا زمین کربل کو، مولا جس نے بنایا زمین کربل کو، میں قاضی کیوں نہ اسے امر کبریا لکھوں، لکھوں حسین یا بنیاد لا الہ لکھوں۔ جناب طیب صاحب تواڈی پلکاں تے شعر رکھ رہے ہیں، دو ہی شیاں لکھیاں زندگی ہے، ہجر یا وصال۔ ہجر آ دن نہ ملن نو تے وصال آ دن ملن نو، جائز گل ہے بھائی؟ کہ ہجر دی تھوپ ملن دی چھاں توں، مہربانی جی، ہجر دی تھوپ ملن دی چھاں توں، امان مولا انا دوہاں تے، مہربانی، بڑا شکریہ، بڑی مہربانی۔ قبلہ میں نہ کر جناب تابعدار، کہ ہجر دی تھوپ ملن دی چھاں توں، امان مولا انا دوہاں توں، ملن جے آوے تے دل دھڑکدا ہے، مل کے ٹوٹتا ہے تو ہاں پھڑکتا ہے، ملن جی آوے تو دل دھڑکتا ہے، مل کے ٹوٹتا ہے تو ہاں پھڑکتا ہے، بہو حسرنا میں ہاں تے نہ توں، مہربانی۔
ਫੁਸਰਨਾ ਮੈਂ ਹਾਂ ਤੇ ਨਾ ਤੂੰ ਅਮਾਨ ਮੌਲਾ ਇੱਕ ਤੇ ਦੋ ਅਮਾਨ ਮੌਲਾ ਅਮਾਨ ਮੌਲਾ ਹੀ ਨਾ ਦੋਹਾਂ ਤੂੰ ਬੜੀ ਮਿਹਰਬਾਨੀ ਨਾ ਜਨਾਬ ਅਗਲਾ ਸ਼ੇਰ ਕਿ ਪਰਾਂ ਦਾੜ ਚ ਕੱਤ ਇਸ ਉੱਚ ਜਿਗ ਨੂੰ ਜੈ ਲੱਖਾਂ ਜੈ ਸੱਜਣ ਨਖੇੜੇ ਬੜੀ ਮਿਹਰਬਾਨੀ ਨਾਲ ਬੜੀ ਨਵਾਜ਼ੀ ਕੀਰਤਾ ਸਿੰਘ ਸਾਹਿਬ ਕਿ ਪਰਾਂ ਦਾੜ ਚ ਕੱਤ ਇਸ ਉੱਚ ਜਿਗ ਨੂੰ ਜੈ ਲੱਖਾਂ ਜੈ ਸੱਜਣ ਨਖੇੜੇ ਤੇ ਜਲ ਠਾਕ ਰਿਵਾਜ ਤੇ ਰਸਮਾਂ ਦੀ ਕਰ ਬੈਠਾ ਅਮਨ ਪਰੇੜੇ ਖਾਨ ਜੀ ਡੰਗ ਹਰਨ ਦੀ ਢੇਲਾ ਹੀ ਆਵਣ ਲੱਗ ਪੈ ਡੰਗ ਹਰਨ ਦੀ ਢੇਲਾ ਹੀ ਆਵਣ ਲੱਗ ਪੈ ਉਦੂ ਤਲਫ ਤਰੀਨ ਸਨੇੜੇ ਜਿਹੜੇ ਕਾਜ਼ੀ ਰੈਯਤ ਵੀ ਨਾ ਪੁੱਜਦੇ ਉਹੇ ਕਰਦੇ ਨੇ ਲੋਕ ਬਖੇੜੇ ਬੜੀ ਮਿਹਰਬਾਨੀ ਬੜੀ ਮਿਹਰਬਾਨੀ ਤੇ ਸਾਏ ਸੈਤ ਮੰਨੇ ਜਾਂ ਕੱਖ ਨਾ ਰਹਿ ਬਾਂ ਢੋਲ ਦੀ ਛੁੱਟਣੀ ਕਾਈ ਨਹੀਂ ਸਾਹਿਬ ਜਾਗੇ ਜਵਾਨਾਂ ਨੂੰ ਸੁਣਿਆ ਨੇ ਭੁੱਲੜੇ ਨੀ ਸੁਣੋ ਅਸਾਨੇ ਕਈ ਜਜ਼ਬਾਤ ਆਉਂਦੇ ਇੱਥੇ ਆਪ ਨਾ ਮੇਰੇ ਸਾਹਮਣੇ ਮੈਨੂੰ ਮਜ਼ਾ ਹੀ ਨਹੀਂ ਆਇਆ ਸਾਏ ਸੈਤ ਮੰਨੇ ਯਾ ਕੱਖ ਨਾ ਰਹਿ ਬਾਂ ਢੋਲ ਦੀ ਛੁੱਟਣੀ ਕਾਈ ਨਹੀਂ ਹੋਵੇ ਤਾਜ ਮਹਲ ਯਾ ਮਾਰੂ ਥਲ ਮੇਰੀ ਉਲਫਤ ਫੁੱਟਣੀ ਕਾਈ ਇਹੋ ਢੋਲ ਉਹ ਸੀ ਜਿਹੜਾ ਕੋਲ ਉਹ ਸੀ ਇਹੋ ਢੋਲ ਉਹ ਸੀ ਜਿਹੜਾ ਕੋਲ ਉਹ ਸੀ ਉਹਦਾ ਪੋ ਵੀ ਫੁੱਟਣੀ ਕਾਈ ਨਹੀਂ ਸੁੱਚੇ ਸੌਦਨ ਕਾਜ਼ੀ ਅਦਨਾ ਦੇ ਤੰਗ ਪਿਆਰ ਦੀ ਟੁੱਟਣੀ ਕਾਈ ਬੜੀ ਮਿਹਰਬਾਨੀ ਬੜੀ ਮਿਹਰਬਾਨੀ ਕਿ ਸੱਦ ਦੀਗਰ ਮਾਰ ਕੇ ਹਟਿਆ ਵੈਨਾ ਹੈ ਇੱਕ ਲਾਜ਼ਾ ਪੈਰ ਅਜ ਕਹਿਣਾ ਔਰ ਜੇ ਜੇ ਰੋਕ ਤੂੰ ਮਿਲੋਗ ਦੇ ਰਾਈ ਵਤਨਾ ਹੈ ਉਹ ਵਜਬੋ ਰਾਜ ਸਦਵਾਇਨਾ ਉਹ ਵਜਬੋ ਰਾਜ ਸਦਵਾਇਨਾ ਤੇ ਜਿਹੜੇ ਹੱਥ ਨਾਲ ਕਤਲ ਪਿਆਰ ਦਾ ਕੀਤੇ ਉਹ ਹੱਥ ਇੱਕ ਵਾਰ ਉਠਾਏ ਨਾ ਓਏ ਮੁੱਲ ਸੰਗਤ ਦਾ ਕਾਜ਼ੀ ਪਾ ਛੱਡ ਸੀ ਐਦੇ ਕਰਕੇ ਅੰਗਲ ਵੇਖਾ ਹੈ ਨਾ ਬੜੀ ਮਿਹਰਬਾਨੀ ਜਨਾਬ ਤੇ ਵੱਡਾ ਜਾਣ ਕੇ ਅੜਨਾ ਡਿੰਗਰਾਂ ਵਿੱਚ ਕਈ ਪੈ ਗਈ ਜ਼ੁਲਮ ਦੀ ਧਾੜੇ ਵੱਡਾ ਜਾਣ ਕੇ ਅੜਨਾ ਡਿੰਗਰਾਂ ਵਿੱਚ ਕਈ ਪੈ ਗਈ ਜ਼ੁਲਮ ਦੀ ਧਾੜੇ ਤਵੱਜੋ ਰਹੇ ਜੀ ਕਈ ਪੈ ਗਈ ਜ਼ੁਲਮ ਦੀ ਧਾੜੇ ਕਈ ਪੈ ਗਈ ਜ਼ੁਲਮ ਦੀ ਅੱਛਾ ਉਹ ਜਿਹੜੇ ਮੈਨੇ ਸੁਣਾਈਦਾ ਯਾਰ ਅੱਛਾ ਸੁਣਾਵਾ ਠੀਕ ਹੈ ਤੇ ਜੱਟ ਮਾਗਵੇਂ ਬਖਤ ਦੀ ਆਫਰ ਤੂੰ ਲਈ ਰਹੀਏ ਸਮਝ ਲਤਾੜੇ ਤੇ ਮੈਨੂੰ ਝੁਕਿਆ ਵੇਖ ਕੇ ਕਦਮਾਂ ਵਿੱਚ ਉੱਕਾ ਛੱਡਿਆ ਸੱਜਣ ਚਿਥਾੜੇ ਜਿਹੜੇ ਤੀਰ ਵਸਾ ਲੈ ਜ਼ੁਲਮਾਂ ਦੇ ਮੇਰਾ ਕਾਜ਼ੀ ਜਿਗਰ ਪਹਾੜ ਹੈ ਬੜੀ ਮਿਹਰਬਾਨੀ ਨਾਲ ਬੜੀ ਮਿਹਰਬਾਨੀ ਸਾਹਿਬ ਫੁੱਟੇ ਸੰਗਤ ਤਪਾੜ ਹੋ ਗਈ ਕਈ ਬਸਤੇ ਸ਼ਾਰ ਮੁਹੱਬਤਾਂ ਦੇ ਮੇਰੇ ਸੱਜਣ ਉਜਾੜ ਹੋ ਬੈਂਦੇ
ਤੇ ਹਰੀ ਸਹਿਤ ਵਿੱਚ ਵਕਤ ਦੇ ਬੇਲੀਆਂ ਦੇ, ਹਰੀ ਸਹਿਤ ਵਿੱਚ ਵਕਤ ਦੇ ਬੇਲੀਆਂ ਦੇ, ਦਿਲ ਜਿੱਦਣ ਪਹਾੜ ਹੋ ਵੈਂਦਨ, ਉਦਾਂ ਕਾਜ਼ੀ ਜਗ ਠੁਕਰਾਇਆਂ ਦੇ ਬਾਦਸ਼ਾਹ ਤਾੜ ਹੋ ਵੈਂਦਨ। ਅੱਛਾ ਤਵੱਜੋ ਤਲਬ ਜੀ, ਕੀ ਹੋਇਆ ਕੀ ਹੋਇਆ, ਜੇ ਫਟਿਆ ਹੋਇਆ ਕਾਲਰ ਖੁਦ ਉਲਟਾਇਆ ਹੈ। ਤਵੱਜੋ ਤਲਬ ਸ਼ੇਰ, ਅੱਲਾਹ ਦੇ ਨਾਂ ਤੇ ਜ਼ਾਇਆ ਨਹੀਂ ਕਰਨਾ। ਕੀ ਹੋਇਆ ਜੇ ਫਟਿਆ ਹੋਇਆ ਕਾਲਰ ਖੁਦ ਉਲਟਾਇਆ ਏ, ਥੋੜੀ ਗੱਲ ਏ ਮੰਗ ਕੇ ਨਹੀਂ ਮੈਂ ਆਪਣਾ ਚੋਲਾ ਪਾਇਆ। ਬੜੀ ਮਿਹਰਬਾਨੀ, ਥੋੜੀ ਗੱਲ ਏ ਮੰਗ ਕੇ ਨਹੀਂ ਮੈਂ ਆਪਣਾ ਚੋਲਾ ਪਾਇਆ ਏ, ਤੇ ਕਿਹੜਾ ਜਮਿਆ ਮੇਰੇ ਬਾਲਾਂ ਦੀ ਅੱਜ ਰੀਸ ਕਰੇ, ਕਿਹੜਾ ਜਮਿਆ ਮੇਰੇ ਬਾਲਾਂ ਦੀ ਅੱਜ ਰੀਸ ਕਰੇ, ਕਿੰਨਾ ਈਦ ਦੇ ਵੀ ਮੂੰਹ ਨੂੰ ਚੁੱਪ ਦਾ ਜਨਰਾ ਲਾਇਆ ਹੈ। ਕੀ ਹੋਇਆ ਜੇ ਫਟਿਆ ਹੋਇਆ ਕਾਲਰ ਖੁਦ ਉਲਟਾਇਆ ਹੈ। ਤੈਬ ਸਾਹਿਬ ਗੱਲ ਚ ਪੈ ਜਾ ਫਾ ਤਾਂ ਦੱਸੋ ਕੀ ਕਰੀਏ, ਗੱਲ ਚ ਪੈ ਜਾ ਫਾ ਤਾਂ ਦੱਸੋ ਕੀ ਕਰੀਏ, ਤੇ ਟੰਗ ਲੈ ਗੁਰਬਤ ਸਾ ਤਾਂ ਦੱਸੋ ਕੀ ਕਰੀਏ, ਤੇ ਤਵਾ ਬੂਟਾ ਵੇਖ ਕੇ ਸੱਕੇ ਸਕਿਆ ਤੂੰ ਤਾਜ ਸਾਹਿਬ, ਤਵਾ ਬੂਟਾ ਵੇਖ ਕੇ ਸੱਕੇ ਸਕਿਆ ਤੂੰ ਜਾਮਿਨ ਮੁੱਖ ਫਰਤਾ, ਤਾਂ ਦੱਸੋ ਕੀ ਕਰੀਏ, ਤੇ ਸੁਗੜ ਸਿਆਣੇ ਨਿੱਘੇ ਜੇ ਇੱਕ ਬੰਦੇ ਨੂੰ ਮਾਰਨ ਤੀਰ ਬਿਰਾ, ਤਾਂ ਦੱਸੋ ਕੀ ਕਰੀਏ। ਔਰ ਕਾਬਲੇ ਤਸਕੀਨ ਸ਼ੇਰ ਅਰਜ਼ ਕਰ ਰਿਹਾ ਕਿ ਪੁੱਤਰ ਨਸ਼ਈ ਨੂੰ ਅੱਧੀ ਰਾਤੀ ਢੂਡਣ ਲਈ, ਪੁੱਤਰ ਨਸ਼ਈ ਨੂੰ ਅੱਧੀ ਰਾਤੀ ਢੂਡਣ ਲਈ ਜਾਵੇ ਬੁੱਢੜੀ ਮਾਂ, ਤੇ ਦੱਸੋ ਕੀ ਕਰੀਏ, ਤੇ ਭੈਣ ਆਪਣੀ ਦਾ ਦਾਜ ਆਪਣੇ ਕਰਤੂਤਾਂ ਲਈ, ਭੈਣ ਆਪਣੀ ਦਾ ਦਾਜ ਆਪਣੇ ਕਰਤੂਤਾਂ ਲਈ ਛੱਡਣ ਵੇਚ ਫਿਰਾ, ਤਾਂ ਦੱਸੋ ਮੈਂ ਸ਼ਾਇਰੀ ਸੁਣਾ ਰਿਹਾ, ਛੱਡਣ ਵੇਚ ਫਿਰਾ, ਤਾਂ ਦੱਸੋ ਕੀ ਕਰੀਏ, ਤੇ ਈਦ ਦੇ ਦਿਨ ਵੀ ਇੱਕ ਮਜ਼ਦੂਰ ਵਿਚਾਰੇ ਨੇ, ਖਾਨ ਸਾਹਿਬ ਤਵੱਜੋ, ਈਦ ਦੇ ਦਿਨ ਵੀ ਇੱਕ ਮਜ਼ਦੂਰ ਵਿਚਾਰੇ ਨੂੰ ਨਾ ਮਿਲੇ ਤਨਖਾਹ, ਤਾਂ ਦੱਸੋ ਕੀ ਕਰੀਏ, ਤੇ ਕਾਜ਼ੀ ਜੇ ਮਸਕੀਨ ਦੇ ਢਹਿ ਪੈ ਵਿਹੜੇ ਚੋਂ ਲੋਕ ਬਣਾ ਮੈਨ ਰਾਹ, ਤਾਂ ਦੱਸੋ ਕੀ ਕਰੀਏ, ਟੰਗ ਲੈ ਗੁਰਬਤ ਸਾ ਦੱਸੋ ਕੀ ਕਰੀਏ। ਆਖਰੀ ਨਜ਼ਮ ਦੇ ਦੋ ਸ਼ੇਰ, ਉਸ ਤੋਂ ਬਾਅਦ ਅੱਲਾ ਹਾਫਿਜ਼। ਤਵੱਜੋ ਫਰਮਾਣੀ ਹੈ, ਇਸ ਨਜ਼ਮ ਦਾ ਉਨਵਾਨ ਹੈ ਤਕੱਬਰ, ਜਿਹੜਾ ਸੂਟ ਧੋਬੀ ਕੋਲ ਵਹਿੰਦਾ ਹੈ ਥੋੜੇ ਦਿਹਾੜੇ ਤੱਕਦਾ ਹੈ, ਕਿਉਂਕਿ ਮਾਇਆ ਆਉਂਦਾ ਨਾ ਆਕੜੇ ਹੋਏ ਆਉਂਦਾ, ਲੋਹਾ ਆਕੜੇ ਹੋਏ ਆਉਂਦਾ, 57 ਰੁਪਏ ਕਿਲੋ ਵਿਕਦਾ, ਸੋਨਾ ਚੁੱਕਿਆ ਹੋਇਆ ਹੁੰਦਾ ਹੈ ਉਹ 65,000 ਰੁਪਇਆ ਤੋਲਾ ਵਿਕਦਾ। ਇਸ ਨਿਜ਼ਮ ਦਾ ਉਨਵਾਨ ਹੈ ਕਿ ਨਾ ਦਰ ਉੱਤੇ ਆਇਆ ਨੂੰ ਚੰਨ ਛਿਣਕਿਆ ਕਰ, ਬੂਹੇ ਵਸਦੇ ਹਰ ਕੋਈ ਫਲੈਂਦਾ ਗੁਲੈਂਦਾ ਹੈ, ਨਵੀਂ ਗੱਲ ਤਾਂ ਕੋਈ ਨਹੀਂ, ਰਸਮ ਹੈ ਜਹਾਂ ਦੀ ਫਲਦਾਰ ਜਾੜਾਂ ਨੂੰ ਹਰ ਕੋਈ ਜੁੜੇਂਦਾ ਹੈ, ਤੇ ਕਾਰੂਨ ਫਿਰਾਉਣ ਨਮਰੂਦ ਹੋਵੇ ਖੁਦਾ ਨੂੰ ਘਮੰਡ ਤੇ ਤਕੱਬਰ ਨਹੀਂ ਪਾਉਂਦਾ, ਕਾਰੂਨ ਫਿਰਾਉਣ ਨਮਰੂਦ ਹੋਵੇ ਖੁਦਾ ਨੂੰ ਘਮੰਡ ਤੇ ਤਕੱਬਰ ਨਹੀਂ ਪਾਉਂਦਾ, ਬੜੇ ਬੱਚੂ ਵਰੀਆਮ ਜਿਹੜਾ ਕੋ ਜੱਗ ਵਿੱਚ ਖੁਦਾ ਜੇ ਨੂੰ ਚਾਹੇ ਤਬਾਹ ਕਰ ਛੁੜੇਂਦਾ, ਔਰ ਨਹੀਂ ਬਚ ਸਕਦਾ ਕੋਈ ਖੁਦਾ ਦੇ ਅਦਲ ਤੋਂ
ਜੀ ਹੋ ਜੇ ਖਤਾ ਹੈ ਉਹ ਹੋ ਜੇ ਸਜ਼ਾ ਹੈ। ਉਹ ਤੁਲ ਵੈਂਦਾ ਅੱਟੀਆਂ ਦੇ ਸਾਵੇਂ ਨਿਸਰ ਵਿੱਚ ਜਿਹੜਾ ਮਾਣ ਆਪਣੇ ਹੁਸਨ ਦਾ ਕਰਦਾ ਹੈ। ਔਰ ਹੇ ਵਣ ਜ਼ਾਤਾ ਨਸਲਾਂ ਦੀ ਸੇ ਜਹਾਂ ਤੇ ਅੱਗਾ ਔਲਾਦ ਨਾ ਬਰਾਬਰ ਤੁੜੀ ਸੀ ਕਿਵੇਂ ਅਬੂ ਜਹਿਲ ਜ਼ਾਲਿਮ ਜਹਨਮੀ ਗੁਲਾਮ ਹੋਵੇ ਹਬਸ਼ੀ ਤੇ ਜੰਨਤ ਲੁਟੇਂਦਾ ਹੈ। ਔਰ ਬਹੁ ਸਖਤ ਰੱਬ ਦੀ ਅਦਾਲਤ ਕਾਜ਼ੀ ਬਹੁ ਸਖਤ ਰੱਬ ਦੀ ਅਦਾਲਤ ਕਾਜ਼ੀ ਨਾ ਰਿਸ਼ਵਤ ਸਫਾਰਿਸ਼ ਨਾ ਸਾਂਗੇ ਮੁਹਾਬੇ ਬਹੁ ਸਖਤ ਰੱਬ ਦੀ ਅਦਾਲਤ ਕਾਜ਼ੀ ਨਾ ਰਿਸ਼ਵਤ ਸਫਾਰਿਸ਼ ਨਾ ਸਾਂਗੇ ਮੁਹਾਬੇ। ਓਏ ਸੱਕਾ ਪੁੱਤਰ ਹੋਵੇ ਜੇ ਭੈੜਾ ਨਬੀ ਦਾ ਪਿਓ ਤਰ ਦੇ ਬੇੜੇ ਤੂੰ ਖੁਦ ਲਾ ਛੱਡ ਨਾ ਦਾਰੂ ਤੇ ਆਇਆ ਨੂੰ ਚੰਨ ਛਿਣਕਿਆ ਕਰ ਬੂਹੇ ਵਸਦੇ ਹਰ ਕੋਈ ਫਲੇਂਦਾ ਗੁਲੇਂਦਾ ਹੈ। ਨਵੀਂ ਗੱਲ ਤਾਂ ਕੋਈ ਨਹੀਂ ਰਸਮ ਹੈ ਜਹਾਂ ਦੀ ਫਲਦਾਰ ਝਾੜਾਂ ਨੂੰ ਹਰ ਕੋਈ ਚੁਣੇਂਦਾ ਹੈ। ਅੱਲਾ ਤੁਹਾਨੂੰ ਆਬਾਦ ਰੱਖੇ ਤੁਹਾਡੀਆਂ ਚੌਕਾਂ ਸਲਾਮਤ ਰਵੇ ਆਬਾਦ ਰੱਖੇ।